ਮੇਰੇ ਸੱਜਣੋ ਮਿੱਤਰੋ ਭੇਲੀਓ ਭੋਲਾ ਬਦਮਾਸ਼ ਉਹਦਾ ਜਨਾਬ ਪੁੱਤਰ ਤੇ ਮੋਤੀ ਦਾ ਭਰਾ ਸ਼ੇਰਗੜ੍ਹ ਪੁੱਲ ਧੁੱਪ ਤਾਂ ਥੋੜ੍ਹਾ ਜਿਹਾ ਬੁੜੀਆਂ ਬਣਾ ਕਿਆ ਬਾਤ ਸ਼ੇਰ ਸ਼ਾਹ ਪੁੱਲ ਦਰਿਆਏ ਚਨਾਬ ਦਾ ਪੁੱਲ ਉਹਦੇ ਬਿਲਕੁਲ ਕਰੀਬ ਬਿਊਟੀਫੁਲ ਸ਼ਾਨਦਾਰ ਜਨਾਬ ਕੁੱਤਾ ਜੋਗੀ ਦਾ ਆ ਮੋਤੀ ਦਾ ਭਰਾ ਭੋਲੇ ਦਾ ਪੁੱਤਰ ਕਿਆ ਬਾਤ ਮਜ਼ੇ ਤੇ ਮਾਇਆ ਹੁਣ ਆਏ ਨੇ ਜਦੋਂ ਵੇਖਿਆ ਬਿਊਟੀਫੁਲ ਸ਼ਾਨਦਾਰ ਡੋਗ ਪਾਉਂਦਾ ਨੀ ਕਿਆ ਬਾਤ ਕਿਆ ਬਾਤ ਕਿਆ ਬਾਤ ਉਮਰ ਕਿੰਨੀ ਥੀ ਕਿਸ ਉਮਰ ਤ੍ਰੈ ਸਾਲ ਉਮਰ ਤੇ ਨਾਂ ਕੀ ਰੱਖਿਆ ਇਹਦਾ ਰਾਜੂ ਕਿਆ ਬਾਤ ਬਿਊਟੀਫੁਲ ਡੋਗ ਰਾਜੂ 3 ਸਾਲ ਉਮਰ ਬਿਊਟੀਫੁਲ ਮਜ਼ਬੂਤ ਬੋਡੀ ਕਿਆ ਬਾਤ ਤੇ ਜਨਾਬ ਭੋਲੇ ਬਦਮਾਸ਼ ਦਾ ਪੁੱਤਰ ਮੋਤੀ ਦਾ ਭਰਾ ਮਲਕ ਅਜ਼ੀਜ਼ ਵਾਲਾ ਮੋਤੀ ਉਹਦਾ ਭਰਾ ਕਿਆ ਬਾਤ ਨਿਊ ਲਾਹੌਰ ਗਰੁੱਪ ਦਾ ਬਿਊਟੀਫੁਲ ਸ਼ਾਨਦਾਰ ਡੋਗ ਅਤੇ ਇਨਸ਼ਾਅੱਲਾ ਪਾਕ ਲਜਪਾਲ ਗਰੁੱਪ ਦੇ ਖਿਲਾਫ ਇਹ ਲੜੇਗਾ ਜਨਾਬ 12ਵੇਂ ਮਹੀਨੇ ਦੀ 10 ਤਾਰੀਖ ਨੂੰ ਕਿਆ ਬਾਤ ਹੈ ਅਤੇ ਕੁੱਤੇ ਦੇ ਮਾਲਕ ਦਾ ਕੀ ਨਾਂ ਜੀ ਪੂਰਾ ਕੀ ਨਾਂ ਨਈਮ ਜਾਨ ਓਨਰ ਆਫ ਡੋਗ ਨਈਮ ਜਾਨ ਕਿਆ ਬਾਤ ਹੈ ਰਾਜੂ ਛਾ ਗਿਆ ਤਾਂ ਜਨਾਬ ਪਾਕਿਸਤਾਨ ਦੇ ਨਾਮਵਰ ਸ਼ਿਕਾਰੀ ਨਿਊ ਲਾਹੌਰ ਗਰੁੱਪ ਦੇ ਬਾਨੀ ਅਬਦੁਲ ਹਮੀਦ ਕੰਬੋ ਸਾਹਿਬ ਚੌਧਰੀ ਅੱਲਾ ਦਿੱਤਾ ਜੱਟ ਸਾਹਿਬ ਅਤੇ ਜਨਾਬ ਡਾਕਟਰ ਆਬਿਦ ਸਾਹਿਬ ਨਿਊ ਲਾਹੌਰ ਗਰੁੱਪ ਦੇ ਸਦਰ ਸੀਨੀਅਰ ਸੈਕਟਰੀ ਜਨਾਬ ਚੌਧਰੀ ਅੱਲਾ ਦਿੱਤਾ ਜੱਟ ਸਾਹਿਬ ਕਿਆ ਬਾਤ ਬਿਊਟੀਫੁਲ ਮੇਰੇ ਸੱਜਣੋ ਮਿੱਤਰੋ ਬੇਲੀਓ ਬਿਲਕੁਲ ਜਹਾ ਦਰਿਆ ਦੇ ਕਿਨਾਰੇ 'ਤੇ ਅਸੀਂ ਇਸ ਟਾਈਮ ਹੈਗੇ ਹਾਂ ਹੈਂ ਮੌਜ਼ਾ ਸੁਨੱਖੀ ਮੇਰੇ ਸੱਜਣੋ ਮਿੱਤਰੋ ਮੌਜ਼ਾ ਸੁਨੱਖੀ ਜ਼ਿਲ੍ਹਾ ਮੁਜ਼ੱਫਰਗੜ੍ਹ ਜਨਾਬ ਉਸ ਉੱਥੇ ਅਸੀਂ ਇਸ ਟਾਈਮ ਆਏ ਖਲੋਤੇ ਹਾਂ ਤਾਂ ਬੜਾ ਸ਼ਾਨਦਾਰ ਅਤੇ ਮਾਸ਼ਾਅੱਲਾ ਸ਼ਿਕਾਰੀ ਵੀ ਕਾਫੀ ਆਏ ਹੋਏ ਨੇ ਮਾਸ਼ਾਅੱਲਾ ਫੌਜੀ ਸਾਹਿਬ ਜ਼ਿਲ੍ਹਾ ਮੁਲਤਾਨ ਦੇ ਜਨਾਬ ਬਹੁਤ ਵੱਡੇ ਸ਼ਿਕਾਰੀ ਕਿਆ ਬਾਤ ਹੈ ਮਾਸ਼ਾਅੱਲਾ ਮਾਸ਼ਾਅੱਲਾ ਵੀ ਸ਼ਾਇਰ ਪਾਰ ਕਰ ਰਿਹਾ ਹੈ ਇਧਰ ਬੰਦ ਇਥੇ ਹੀ